ਜ਼ਿਲ੍ਹਾ ਮੋਹਾਲੀ ਦਾ ਸ਼ਹਿਰ ਖਰੜ, ਜਿੱਥੇ ਮੇਨ ਬਾਜ਼ਾਰ ਵਿੱਚ ਕਈ ਦਿਨਾਂ ਚੋਰੀ ਦੀ ਵਾਰਦਾਤਾਂ ਹੋ ਰਹੀਆਂ ਸਨ, ਜੋ ਇਸ ਕਾਰਨ ਲੋਕਾਂ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਸੀ ਤੇ ਪੁਲਿਸ ਲਈ ਬੜੀ ਚੁਣੌਤੀ ਬਣ ਗਈ ਸੀ। ਜੇ ਦੋ ਚੋਰ ਪੁਲਿਸ ਵੱਲੋਂ CCTV ਤੇ ਛਾਣਬੀਨ ਸ਼ੁਰੂ ਕੀਤੀ ਗਈ। ਅਖੀਰ ਵਿੱਚ ਦੋ ਚੋਰ ਕਾਬੂ ਕਰ ਲਏ ਗਏ, ਜਿਨ੍ਹਾਂ ਵਿੱਚ ਇੱਕ ਲੜਕੀ ਤੇ ਇੱਕ ਲੜਕਾ ਸੀ, ਜੋ ਕਿ ਦੂਜੇ ਜ਼ਿਲ੍ਹਿਆਂ ਚੋਂ ਆ ਕੇ ਇਲਾਕੇ 'ਚ ਕਿਰਾਏ ਦੇ ਮਕਾਨ 'ਤੇ ਰਹਿੰਦੇ ਸਨ, ਵਾਰਦਾਤਾਂ ਕਰਦੇ ਸਨ ਤੇ ਫਰਾਰ ਹੋ ਜਾਂਦੇ ਸਨ। ਹੁਣ ਇੱਕ ਕੁੜੀ ਤੇ ਇੱਕ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ ਭਾਰੀ ਕੀਮਤੀ ਸਮਾਨ ਵੀ ਬਰਾਮਦ ਕੀਤਾ ਗਿਆ। ਆਓ ਤੁਹਾਨੂੰ ਸੁਣਾਉਂਦੇ ਹਾਂ ਇਸ ਸੰਬੰਧੀ DSP ਕਰਨ ਸੰਧੂ ਖਰੜ ਕੀ ਜਾਣਕਾਰੀ ਦੇ ਰਹੇ ਹਨ। ਇਹ ਜੀ ਬੇਸਿਕਲੀ ਪਿਛਲੇ ਸਮੇਂ ਦੇ ਦੌਰਾਨ ਖਰੜ ਸ਼ਹਿਰ ਦੇ ਵਿੱਚ ਮਾਰਕੀਟ ਏਰੀਏ ਦੇ ਵਿੱਚ ਸਾਡੇ ਕੋਲ ਨੋਟਿਸ 'ਚ ਆਇਆ ਕਿ ਦੋ ਤਿੰਨ ਚੋਰੀ ਦੀਆਂ ਜਿਹੜੀਆਂ ਵਾਰਦਾਤਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਚੋਰਾਂ ਵੱਲੋਂ, ਅਤੇ ਕਾਫੀ ਕੀਮਤੀ ਸਮਾਨ ਜਿਹੜਾ ਦੁਕਾਨਦਾਰਾਂ ਦਾ ਉਹ ਚੋਰੀ ਕੀਤਾ ਗਿਆ, ਜਿਸ ਕਾਰਨ ਸ਼ਹਿਰ 'ਚ ਦੁਕਾਨਦਾਰ ਭਾਈਚਾਰੇ ਦੇ ਵਿੱਚ ਕਾਫੀ ਰੋਸ ਸੀ ਅਤੇ ਸਾਡੇ ਲਈ ਵੀ ਬੜਾ ਚਿੰਤਾ ਦਾ ਵਿਸ਼ਾ ਸੀ। ਇਹਦੇ ਸੰਬੰਧ 'ਚ ਅਸੀਂ 3 ਵੱਖ-ਵੱਖ ਮੁਕੱਦਮੇ ਜਿਹੜੇ ਸਿਟੀ ਥਾਣੇ ਦਰਜ ਕੀਤੇ ਹੋਏ ਸੀ ਅਤੇ ਦੋਸ਼ੀਆਂ ਦੀ ਭਾਲ ਦੇ ਵਿੱਚ ਅਸੀਂ ਵੱਖ-ਵੱਖ ਟੀਮਾਂ ਲਾਈਆਂ ਹੋਈਆਂ ਸਨ। ਹਿਊਮਨ ਇੰਟੈਲੀਜੈਂਸ, ਟੈਕਨੀਕਲ ਇੰਟੈਲੀਜੈਂਸ, CCTV ਫੁਟੇਜ ਵਗੈਰਾ ਤੋਂ ਅਸੀਂ ਕਾਫੀ ਮਿਹਨਤ ਨਾਲ ਜਿਹੜੇ ਆ ਦੋ ਦੋਸ਼ੀ ਉਹ ਆਈਡੈਂਟੀਫਾਈ ਕੀਤੇ। ਆਈਡੈਂਟੀਫਿਕੇਸ਼ਨ ਕਾਫੀ ਮੁਸ਼ਕਿਲ ਸੀ ਕਿਉਂਕਿ ਇਹ ਦੋਨੋਂ ਹੀ ਦੋਸ਼ੀ, ਜਿਹੜੇ ਇੱਕ ਮੁੰਡਾ ਇੱਕ ਕੁੜੀ, ਇਹ ਬਾਹਰਲੇ ਡਿਸਟ੍ਰਿਕਟ ਕਿਤੋਂ ਦੇ ਰਹਿਣ ਵਾਲੇ ਸੀ ਅਤੇ ਇੱਥੇ ਕਿਰਾਏ 'ਤੇ ਰਹਿੰਦੇ ਸਨ। ਆਈਡੈਂਟੀਫਿਕੇਸ਼ਨ ਤੋਂ ਬਾਅਦ ਜਿਹੜਾ ਇਹਨਾਂ ਨੂੰ ਅਸੀਂ ਫਿਰ ਸੋਰਸ ਵਗੈਰਾ ਲਗਾ ਕੇ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦਾ ਨਾਮ ਮਨਪ੍ਰੀਤ ਸਿੰਘ ਉਰਫ ਨੰਨੂ, ਇਹ ਖੇੜੀ ਗੰਢੀਆਂ ਦਾ ਰਹਿਣ ਵਾਲਾ, ਅਤੇ ਇੱਕ ਕੁੜੀ ਇਹਦੇ ਨਾਲ ਜਿਹੜੀ ਸੀ ਰੇਨੂ ਨਾਮ ਦੀ ਲੜਕੀ, ਇਹ ਰਾਜਪੁਰੇ ਦੀ ਰਹਿਣ ਵਾਲੀ ਹੈ। ਇਹਨਾਂ ਤੋਂ ਹੁਣ ਤੱਕ ਕਾਫੀ ਕੀਮਤੀ ਸਮਾਨ ਜਿਹੜਾ ਬਰਾਮਦ ਹੋਇਆ, ਇੱਕ ਆਈਫੋਨ 15 ਪ੍ਰੋ ਮੈਕਸ, ਇੱਕ LED ਲੈਪਟਾਪ, ਕਈ ਨੋਟਾਂ ਦੇ ਜਿਹੜੇ ਵਿਆਹ 'ਚ ਪਾਉਣ ਵਾਲੇ ਜਿਹੜੇ ਨੋਟਾਂ ਦੇ ਹਾਰ ਉਹ ਬਰਾਮਦ ਹੋਏ ਨੇ, ਇੱਕ ਓਪੋ ਦਾ ਫੋਨ ਅਤੇ ਬਾਕੀ ਹੋਰ ਕਾਫੀ ਕੀਮਤੀ ਸਮਾਨ ਜਿਹੜਾ ਗਰੋਸਰੀ ਵਗੈਰਾ ਦਾ, ਅਤੇ ਉਹ ਵੀ ਕਾਫੀ ਬਰਾਮਦ ਹੋਇਆ। ਹੁਣ ਤੱਕ ਇਹਨਾਂ ਤੋਂ ਇਹਨਾਂ ਦੋਨਾਂ ਦੋਸ਼ੀਆਂ ਦੇ ਖਿਲਾਫ, ਜਿਹੜਾ ਮੁੰਡਾ ਉਹਦੇ ਖਿਲਾਫ 6 ਮੁਕੱਦਮੇ ਅਤੇ ਕੁੜੀ ਦੇ ਖਿਲਾਫ 2 ਮੁਕੱਦਮੇ ਜਿਹੜੇ ਦਰਜ ਨੇ, ਅਤੇ ਇਹਦੇ ਨਾਲ ਸਾਨੂੰ ਆਸ ਹੈ ਕਿ ਕਾਫੀ ਜਿਹੜੀ ਚੋਰੀ ਦੀਆਂ ਵਾਰਦਾਤਾਂ ਉਹਨਾਂ ਨੂੰ ਠੱਲ ਪਈ।